ਉਹਨਾਂ ਉੱਥੇ ਤੁਸੀਂ ਚੀਖੋ ਪੁਕਾਰ ਨਹੀਂ ਕੀਤੀ ਸ਼ੋਰ ਨਹੀਂ ਜਿੰਨੇ ਬਾਜ਼ੂ ਤੇ ਪੈਰ ਰੱਖੇ ਉਹਨੇ ਸਤਾਨੇ ਪਾਇਸੀ ਉਹਨਾਂ ਹੱਥਾਂ ਦੇ ਉੱਤੇ ਬਾਜ਼ੂ ਦੇ ਉੱਤੇ ਨਾ ਮੂੰਹ ਤੇ ਹੱਥ ਦਿੱਤੀ ਰੱਖਿਆ ਸੀ ਅਸੀਂ ਤੇ ਕੱਪੜੇ ਕੱਲੇ ਸ਼ਲਵਾਰ ਤਾਰੀ ਸੀ ਕਮੀਜ਼ ਨਹੀਂ ਧਾਰੇ ਬਾਕੀ ਜੋ ਦੋ ਲੋਕ تھے ਉਹਨਾਂ ਨੇ ਆਪਕੇ ਹੱਥ ਔਰ ਬਾਜ਼ੂ ਪਕੜੇ ਤੇ ਹਾਂਜੀ ਬਾਜ਼ੂਆਂ ਤੇ ਪੈਰ ਰੱਖਿਆ ਸੀ ਤੇ ਮੂੰਹ ਤੇ ਹੱਥ ਰੱਖੀ ਹੋ ਗਿਆ ਉਹ ਮੈਨੂੰ ਪੁਰਾਣੇ ਲਾ ਰਹੀ ਐ ਡੇ 1 ਨੰਬਰ ਗਲੀ ਚ ਲੈ ਕੇ ਗਏ ਨੇ ਉਥੋਂ ਲੈ ਕੇ ਆਈ ਨਿਕਲ ਕੇ ਆਏ ਨੇ ਅੰਬਾਲੇ ਬਾਗ ਵਾਲੀ ਸਾਈਡ ਦੇ ਠੀਕ ਹੈ ਉੱਥੇ ਜਦੋਂ ਆਏ ਨੇ ਉਹਨਾਂ ਨਾਲ ਤੀਸਰਾ ਬੰਦਾ ਡਲਿਆ ਉਹਦੇ ਕੋਲ ਪਿਸਟਲ ਐ ਉਹ ਵੇਚਕਾਰ ਲੈ ਮੁੰਡਿਆਂ ਨੂੰ ਫੜਾਇਆ ਠੀਕ ਹੈ ਉਹਨੇ ਫੜਾ ਕੇ ਮੇਰੀ ਵਕੀ ਤਰਾਹ মোটরসাইকেল ਤੇ ਤੁਸੀਂ ਉਹਨਾਂ ਦੇ ਨਾਲ ਬਹਿ ਕੇ ਗਏ ਜਿਹੜੇ ਲੜਕੇ ਉੱਥੇ ਮੌਜੂਦ ਸੀ ਜੀ ਉਹ ਤਿੰਨ ਸੀ ਤਿੰਨ ਠੀਕ ਹੈ ਇੱਕ ਹੀ ਬਾਈਕ ਤੇ ਗਏ ਸੀ ਨਹੀਂ ਦੋ ਵੇਹ ਕਾਂਦੇ ਸੀ ਦੋ ਗੱਡੀਆਂ ਸੀ ਠੀਕ ਹੈ ਉਹਨੇ ਪਿਸਟਲ ਰੱਖਿਆ ਮੇਰੀ ਵਕੀ ਤੇ ਉਹਨੇ ਆਖਿਆ ਤੂੰ ਬੋਲੇਂਗੀ ਤਾਂ ਅਸੀਂ ਤੇਨੇ ਉੱਥੇ ਨਾ ਕਤਲ ਕਰ ਦੇਵਾਂਗੇ ਅੱਗੇ ਅੰਬਾਲੇ ਬਾਗ ਦੇ ਵਿੱਚ ਲੈ ਕੇ ਗਏ ਨੇ ਉੱਥੇ ਮੈਨੂੰ ਲੰਮਾ ਲਟਾਇਆ ਅਨਸਰ ਨੇ ਮੇਰੀ ਨਾ ਜ਼ਾਤੀ ਕੀਤੀ ਹੈ ਦੂਸਰੇ ਨੇ ਮੇਰੇ ਬਾਜ਼ੂਮਾਂ ਦੇ ਤੇ ਪੈਰ ਰੱਖੇ ਨੇ ਇੱਕ ਪਿਸਟਲ ਲੈ ਕੇ ਗੱਡੀ ਕੋਲ ਖੜਾ ਰਿਆ ਕਿਹੜੀ ਜਗ੍ਹਾ ਤੇ ਲੈ ਕੇ असल नद्रीन फोटी टू एस टी के साथ मैं मूँ आपको मेज़बान और मैर अली नद्रीन मेरे साथ हलीमा में भी मौजूद है जिसका ये कहना है कि तीन लोगों ने इसके साथ ज़्यादती की है जिसका मुकदमा जो है वो थाना सदर के अंदर दर्ज हो चुका है एफआईआर भी दर्ज हो गई है इनसे बात करते हैं और उनसे जानते हैं कि इस कहानी के पीछे असल हकीकत क्या है कौन लोग थे और किस तरह से इनके साथ जो है वो ज्यादा हुई है असल वाईक आप मुझे ये बताएं कि जो आपने एफ़ करवाई है थाना सदर के अंदर जो आपकी एफ़ दर्ज हुई है ਕੋਣ ਲੋਕ ਸਨ ਜਿਨ੍ਹਾਂ ਨੇ ਆਪਕੇ ਸਾਥ ਜ਼ਿਆਦਤੀ ਕੀਤੀ ਹੈ ਕਿਸ ਤਰ੍ਹਾਂ ਸੇ ਇਹ ਸਾਰਾ ਵਾਕਿਆ ਹੋਇਆ ਬਾਈ ਮੈਂ ਹਸਪਤਾਲ ਤੇ ਦਵਾਈ ਲੈਣ ਆਈ ਸੀ ਲੈਣੀਆਂ ਤੇ ਇੱਕੋ ਥਾਂ 'ਤੇ ਆਂਟੀ ਬੈਠੀ ਸੀ ਠੀਕ ਆਂਟੀ ਦੇ ਨਾਲ ਅਨਸਰ ਬੈਠਾ ਸੀ ਇੱਕ ਉਹਦੇ ਨਾਲ ਹੋਰ ਮੁੰਡਾ ਸੀ ਠੀਕ ਹੈ ਮੈਂ ਤੀਨਾਂ ਆਖਿਆ ਆਂਟੀ ਮੈਨੂੰ ਆ ਕੰਮ ਦੋ ਕਰਾਂ ਦਾ ਲੱਭ ਦੇ ਆਂਟੀ ਨੇ ਮੈਨੂੰ ਗੱਲ ਕੀਤੀ ਕਿ ਅਨਸਰ ਬੋਲਿਆ ਉਹਨੇ ਆਖਿਆ ਸਾਡੇ ਦੋ ਕਰਾਂ ਦਾ ਕੰਮ ਹੈ ਆਂਟੀ ਨੇ ਆਖਿਆ ਮੇਰੀ ਜ਼ਿੰਮੇਵਾਰੀ ਹੈ ਤੂੰ ਚਲੀ ਜਾ ਮੈਂ ਕਿਹਾ ਆਂਟੀਆਂ ਪਚਾਰੇ ਜੀ ਨੇ ਚਲੇ ਜਾਣਾ ਮੋਟਰਸਾਈਕਲ ਤੇ ਆਂਟੀ ਨੇ ਆਖਿਆ ਚਾਰੇ ਕੋਲ ਨਹੀਂ ਬੈਠਿਆ ਤੂੰ ਸਿਨੇ ਚਲੇ ਜਾ ਮੈਂ ਦੀ ਜ਼ਿੰਮੇਵਾਰੀ ਉਹ ਮੈਂ ਪੁਰਾਣੇ ਲਾ ਰਹੀ ਐ ਡੇ 1 ਨੰਬਰ ਗਲੀ ਚ ਲੈ ਕੇ ਗਏ ਨੇ ਉਥੋਂ ਲੈ ਕੇ ਆਈ ਨਿਕਲ ਕੇ ਆਏ ਨੇ ਅੰਬਾਲੇ ਬਾਗ ਵਾਲੀ ਸਾਈਡ ਦੇ ਠੀਕ ਹੈ ਉੱਥੇ ਜਦੋਂ ਆਏ ਨੇ ਉਹਨਾਂ ਨਾਲ ਤੀਸਰਾ ਬੰਦਾ ਡਲਿਆ ਉਹਦੇ ਕੋਲ ਪਿਸਟਲ ਐ ਉਹਨੇ ਪਿਸਟਲ ਵਿਚਕਾਰ ਲੈ ਮੁੰਡੇ ਨੂੰ ਫੜਾਇਆ ਠੀਕ ਹੈ ਉਹਨੇ ਫੜਾ ਕੇ ਮੇਰੀ ਵਕੀ ਤਰਾਗ ਮੋਟਰਸਾਈਕਲ ਤੇ ਤੁਸੀਂ ਉਹਨਾਂ ਦੇ ਨਾਲ ਬਹਿ ਕੇ ਗਏ ਜਿਹੜੇ ਲੜਕੇ ਉੱਥੇ ਮੌਜੂਦ ਸੀ ਜੀ ਉਹ ਤਿੰਨ ਸੀ ਠੀਕ ਹੈ ਇੱਕ ਹੀ ਬਾਈਕ ਤੇ ਗਏ ਸੀ ਨਹੀਂ ਦੋ ਵੇਗਾਂ ਦੇ ਸੀ ਦੋ ਗੱਡੀਆਂ ਸੀ ਠੀਕ ਹੈ ਉਹਨੇ ਪਿਸਟਲ ਰੱਖਿਆ ਮੇਰੀ ਵਕੀ ਤੇ ਉਹਨੇ ਆਖਿਆ ਤੂੰ ਬੋਲੇਂਗੀ ਤਾਂ ਸਿੱਤੇ ਨੇ ਉੱਥੇ ਨਾ ਕਤਲ ਕਰ ਦੇਵਾਂਗੇ ਅਗੇੰਬਾਲੇ ਬਾਗ ਦੇ ਵਿੱਚ ਲੈ ਕੇ ਗਏ ਨੇ ਉੱਥੇ ਮੈਨੂੰ ਲੰਮਾ ਲਟਾਇਆ ਰਿਆ ਅਨਸਰ ਨੇ ਮੇਰਾ ਨਜ਼ਾਤੀ ਕੀਤੀ ਹੈ ਦੂਸਰੇ ਨੇ ਮੇਰੇ ਬਾਜ਼ੂਮਾਂ ਦੇ ਤੇ ਪੈ ਰੱਖੇ ਨੇ ਇੱਕ ਪਿਸਟਲ ਲੈ ਕੇ ਗੱਡੀ ਕੋਲ ਖੜਾ ਰਿਆ ਕਿਹੜੀ ਜਗ੍ਹਾ ਤੇ ਲੈ ਕੇ ਗਏ ਨੇ ਉਹ ਜਗ੍ਹਾ ਰਫੀ ਟੋਨ ਰਫੀ ਟੋਨ ਕਸੂਰ ਦੇ ਵਿੱਚ ਹਾਂਜੀ ਰਫੀ ਟੋਨ ਕਿੰਨੀ ਜ਼ਰ ਤੱਕ ਤੁਹਾਨੂੰ ਨਜ਼ਾਤੀ ਕਰਦੇ ਰਿਹਾ ਮੇਰੇ ਨਾਲ ਅੱਭੀ 5 ਮਿੰਟ ਹੁੰਦੀ ਰੇ ਨਜ਼ਾਤੀ ਕਿੰਨੇ ਲੋਕ ਸੀ ਤਿੰਨ ਜਨੇ ਸੀ ਨਜ਼ਾਤੀ ਮੇਰੇ ਕਨਾਲੇ ਕੀਤੀ ਹੈ ਇੱਕ ਇੱਕ ਬੰਦੇ ਨੇ ਨਜ਼ਾਤੀ ਕੀਤੀ ਜੈਕ ਨੇ ਕੀਤੀ ਇੱਕ ਕੋਲ ਉਹਨਾਂ ਨੇ ਇੱਕ ਨੇ ਮੇਰੇ ਪੈਰ ਆ ਬਾਜ਼ੂਆਂ ਦੇ ਦਪੈਰ ਰੱਖੇ ਇੱਕ ਪਿਸਟਲ ਲੈ ਕੇ ਖੜਾ ਰਿਹਾ ਠੀਕ ਹੈ ਉਥੋਂ ਮੈਂ ਕੀਤੀ ਸੀ ਪੁਲਿਸ ਨੂੰ ਕਾਲ ਪੁਲਿਸ ਚਾਰ ਗੱਡੀਆਂ ਆਈਆਂ ਚਾਰਾਂ ਨੇ ਮੇਰਾ ਤਸਵੀਰਾਂ ਤੋਂ ਸਪੂਰਾ ਲਾਈਆਂ ਅਰਿਓ ਵਾਲੇ ਬੜੇ ਫਟੇ ਸੀ ਇਹ ਵੈਸੇ ਤਰਾ ਅਸੀਂ ਸਭ ਕੁਝ ਹੋਇਆ ਸੀ ਅੱਛਾ ਠੀਕ ਹੈ ਉਥੋਂ ਫਿਰ ਮੈਨੂੰ ਸਦਰ ਥਾਣੇ ਰਾਤੀ 3 ਵਜੇ ਲੈ ਕੇ ਆਏ ਨੇ ਉਥੇ ਨਾ ਮੇਰਾ ਅਫਾਜ਼ਾਰ ਕਰਾਈ ਸਾਰਾ ਕਾਸ਼ ਕੀਤਾ ਪਰ ਚਾ ਕੱਪੜੇ ਕੱਲੀ ਸ਼ਲਵਾਰ ਤਾਰੀ ਸੀ ਕਮੀਜ਼ ਨਹੀਂ ਧਾਰੇ बाकी जो दो लोग थे उन्होंने आपके हाथ और बाजू पकड़े थे हाँ जी बाजुआ तो पैर रखा से मुँह से हथ रखे सी जी मेरी आपने हलीमा बीबी की बात सुनी इसका ये कहना है कि मैं हॉस्पिटल में गई हूँ मेडिसिन लेने के लिए वहाँ पे मुझे एक आंटी मिली है जिसे मैंने कहा था कि मुझे काम चाहिए यानी कि मैं किसी के घर में काम करना चाहती हूँ और उस आंटी ने इनको तीन बंदों के साथ भेजा है कि उन्होंने उनका ये कहना था कि हमारी कोठियाँ हैं आप वहाँ पर काम कर सकती हैं इनके बकौल ये है कि वो जब वहाँ से निकले हॉस्पिटल से तो उन्होंने गन पॉइंट पे इनको एक बाग था जहाँ पे लेके गए हैं और उनमें से एक बंदा जो है उसने इनके साथ ज़्यादाती की और बाकी जो बंदे थे उन्होंने इनको पकड़ के रखा है मुझे ये बता कप... और डीपीओ कसूर से गुजारिश है कि अगर इस मामले में सच्चाई है तो उन लोगों को कैफ्र किरदार तक पहुँचाना चाहिए और निशानी इबरत बनाना चाहिए ताकि इस तरह से किसी और के साथ ज़्यादती ना हो इसके साथ ही अपने मेज़बान अली को इजाज़त दीजिए और देखते रहिए फोटी टू एच डी टी वी अलानी के बहान